मां बगलामुखी धाम गुलमोहर सिटी नजदीक लम्मा पिंड चौक में श्री शनिदेव महाराज के निमित्त श्रृंखलाबद्ध हवन यज्ञ का आयोजन मंदिर परिसर में किया गया। सबसे पहले मुख्य यजमान राकेश प्रभाकर से सपरिवार वैदिक रीति अनुसार पूजन करवाया गया, जिसके बाद ब्राह्मणों ने आए हुए सभी भक्तों से हवन यज्ञ में आहुतियां डलवाई। इस सप्ताह श्री शनिदेव महाराज के जाप उपरांत मां बगलामुखी जी के निमित्त भी माला मंत्र जाप एवं हवन यज्ञ में विशेष रूप से आहुतियां डाली गई। हवन यज्ञ की पूर्णाहुति के उपरांत नवजीत भारद्वाज ने आए हुए भक्तों से रामचरितमानस के बारे में व्याख्यान करते हुए बताया कि रामचरितमानस में भगवान श्री राम के चरित्र का चित्रण जितने प्रभावशाली तरीके से किया गया है, उतने ही प्रभावशाली तरीके से भगवान राम के माध्यम से जीवन को जीने का तरीका भी बताया गया है। इस अवसर पर श्वेता भारद्वाज, पूनम प्रभाकर, समीर कपूर, अमरजीत सिंह, बाबा जोशी, नवदीप उदय, अजीत कुमार, गुलशन शमा, ऋषभ कालिया, अश्वनी शर्मा, धूप वाले, मुनीश शर्मा, दिशांत शर्मा, अमरेंद्र शर्मा, मानव शर्मा, बाबा खन्ना, विवेक शर्मा, श्याम लाल, एडवोकेट राजकुमार अभिलक्ष्य, चुग, सुनील, राजीव, राजन शर्मा, प्रिंस सहित बड़ी संख्या में श्रद्धालु मौजूद रहे। आरती उपरांत प्रसाद रूपी लंगर का भी आयोजन किया गया। जालंधर से हलचल के लिए कैमरामैन सुरेंद्र बावा की रिपोर्ट। ਸਾਰੇ ਸੇਵਾਦਾਰਾਂ ਵੱਲੋਂ ਮਾਂ ਬਗਲਾਮੁਖੀ ਧਾਮ ਦੇ ਔਰ ਸਮੂਹ ਸੰਗਤਾਂ ਵੱਲੋਂ ਲੋਹੜੀ ਦੀਆਂ ਔਰ ਮਕਰ ਸੰਕ੍ਰਾਂਤੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦੇ ਨਿਮਿੱਤ ਜਿਹੜਾ ਹਰ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ 8 ਵਜੇ ਤੱਕ ਹਵਨ ਯੱਗ ਹੁੰਦਾ ਹੈ, ਉਸ ਦੌਰਾਨ ਜਿੰਨੀ ਆਈ ਹੋਈ ਸੰਗਤ ਹੈ ਉਹਨਾਂ ਵੱਲੋਂ ਅੱਜ ਲੋਹੜੀ ਦੇ ਉਪਲਕਸ਼ 'ਚ ਨਾਨਾ ਪ੍ਰਕਾਰ ਦੇ ਨੈਵੇਦ ਔਰ ਨਾਨਾ ਪ੍ਰਕਾਰ ਦੀਆਂ ਜੜੀ ਬੂਟੀਆਂ ਦੇ ਨਾਲ ਭੋਗ ਲਗਾਏ ਗਏ ਪ੍ਰਭੂ ਨੂੰ ਔਰ ਹਵਨ ਯੱਗ 'ਚ ਆਹੁਤੀਆਂ ਡਾਲੀਆਂ ਗਈਆਂ ਔਰ ਸਾਰਿਆਂ ਨੇ ਆਪਣੇ ਕੁਸ਼ਲ ਖਸ਼ੇਮ ਮੰਗੀ ਹੈ। ਪਰਿਵਾਰਿਕ, ਆਰਥਿਕ, ਸਮਾਜਿਕ ਤੌਰ 'ਤੇ ਮਹਾਰਾਜ ਦੇ ਚਰਣਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਔਰ ਸਾਡੀ ਇਹੀ ਕਾਰਵਾਦ ਪ੍ਰਾਰਥਨਾ ਹੈ ਮਹਾਰਾਜ ਦੇ ਚਰਣਾਂ 'ਚ ਕਿ ਇੱਦਾਂ ਹੀ ਤੁਹਾਡੀ ਸੰਗਤ ਜਿਹੜੀ ਆਵੇ ਉਹ ਪਰਿਪੂਰਨ ਹੋ ਕੇ ਜਾਵੇ। ਔਰ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਹਰ ਵੀਰਵਾਰ ਨੂੰ ਵੀ ਸਵੇਰੇ 6:30 ਤੋਂ 7:30 ਹਵਨ ਯੱਗ ਹੁੰਦੇ ਹੈ ਔਰ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਔਰ ਬੜਾ ਆਸ਼ੀਰਵਾਦ ਮਹਾਮਾਈ ਦਾ ਲੈਂਦੀ ਹੈ। ਅੱਜ ਸ਼ਨੀਵਾਰ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦੇ ਨਿਮਿੱਤ ਹਵਨ ਯੱਗ ਹੋਇਆ, ਉਹਦੇ 'ਚ ਬਹੁਤ ਦੂਰੋਂ ਦੂਰੋਂ ਆਈਆਂ ਸੰਗਤਾਂ ਨੇ ਆਸ਼ੀਰਵਾਦ ਲਿਆ ਔਰ ਸਾਡਾ ਇਹੀ ਕਾਮਨਾ ਹੈ ਪ੍ਰਭੂ ਦੇ ਚਰਣਾਂ 'ਚ ਕਿ ਆਪਣਾ ਮਿਹਰ ਭਰਿਆ ਹੱਥ ਸਾਰੀਆਂ ਸੰਗਤਾਂ 'ਤੇ ਰੱਖੋ ਔਰ ਇੱਦਾਂ ਹੀ ਨਿਰਵਿਕਾਰ, ਨਿਰਵਿਰੋਧ ਔਰ ਕਿਸੇ ਵੀ ਲਾਗ ਡਾਟ ਤੋਂ ਬਿਨਾਂ ਇੱਦਾਂ ਹੀ ਤੁਹਾਡੇ ਹਵਨ ਯੱਗ 'ਚ ਆਈਏ ਔਰ ਆਸ਼ੀਰਵਾਦ ਪ੍ਰਾਪਤ ਕਰੀਏ। ਬਾਬਾ ਜੈ ਸ਼ਨੀਦੇਵ ਜੀ ਮਹਾਰਾਜ ਜੀ।
ਸਿੰਘ ਜੀ ਦੇ ਮਹਾਰਾਜ ਜੀ ਦੇ ਨਿਮਿਤ ਅੱਜ ਜਿਹੜਾ ਹਵਨ ਯੱਗ ਜਿਹੜਾ ਉਹ ਕੀਤਾ ਗਿਆ ਔਰ ਲੋਹੜੀ ਦੇ ਉਪਲੱਖ ਦੇ ਵਿੱਚ ਲੋਕਾਂ ਨੇ ਆ ਕੇ ਬਹੁਤ ਜਿਹੜੀਆਂ ਨਾਨਾ ਪ੍ਰਕਾਰ ਦੇ ਰਿਉੜੀਆਂ ਮੂੰਗਫਲੀਆਂ ਦੇ ਫਲ ਅਤੇ ਅਨੇਕ ਨੈਵਤ ਦੇ ਜਿਹੜੇ ਉਹਨਾਂ ਨਾਲ ਉਹਨਾਂ ਨੇ ਹਵਨ ਯੱਗ ਕੀਤਾ ਔਰ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਸੀਂ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਹੈਗੇ ਹਾਂ ਕਿ ਜਿਹੜੇ ਉਹ ਸਾਰੇ ਉਹਨਾਂ ਦੇ ਭਗਤਾਂ ਦੇ ਉੱਤੇ ਆਪਣਾ ਜਿਹੜਾ ਆਸ਼ੀਰਵਾਦ ਬਣਾਏ ਰੱਖਣ।